ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਕਲਯੁੱਗ ਵਿੱਚ ਪਾਪ ਇੰਨਾ ਵੱਧ ਰਿਹਾ ਹੈ ਕਿ ਹੁਣ ਚੋਰ ਭਗਵਾਨ ਦੇ ਘਰ ਵਿੱਚ ਵੀ ਹੱਥ ਸਾਫ਼ ਕਰਨ ਲੱਗ ਗਏ ਨੇ ਅਜਿਹਾ ਹੀ ਇੱਕ ਮਾਮਲਾ ਸ਼੍ਰੀ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿੱਚ ਵੇਖਣ ਨੂੰ ਮਿਲਿਆ ਪਰਸੋਂ ਦੇਰ ਰਾਤ 12 ਵਜੇ ਤੋਂ ਬਾਅਦ ਦੋ ਨੌਜਵਾਨ ਧਾਮ ਵਿੱਚ ਪਹੁੰਚੇ ਅਤੇ ਸ਼੍ਰੀ ਸਤਿਗੁਰੂ ਰਵਿਦਾਸ ਜੀ ਦੀ ਮੂਰਤੀ ਤੋਂ ਛਤਰ ਚੋਰੀ ਕਰਕੇ ਲੈ ਗਈ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਧਾਮ ਦੇ ਜਨਰਲ ਸੈਕਟਰੀ ਪ੍ਰਮੋਦ ਮਹੇ ਨੇ ਦੱਸਿਆ ਕਿ ਧਾਮ ਵਿੱਚ ਸੇਵਾਦਾਰ ਅਮਨ ਕੁਮਾਰ ਨੇ ਉਹਨਾਂ ਨੂੰ ਦੱਸਿਆ ਸੀ ਕਿ ਕੁਝ ਅਣਪਛਾਤੇ ਲੋਕ ਧਾਮ ਵਿੱਚ ਦਾਖਲ ਹੋਏ ਹਨ ਅਤੇ ਮੂਰਤੀ 'ਤੇ ਲੱਗਾ ਛਤਰ ਜਿਸ 'ਤੇ ਸੋਨੇ ਦਾ ਪਾਣੀ ਚੜਿਆ ਹੋਇਆ ਹੈ ਚੋਰੀ ਕਰਕੇ ਲੈ ਗਈ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਰਵੀ ਦੇ ਕਰੀਬ ਦੋ ਬੰਦੇ ਧਾਮ ਦੇ ਅੰਦਰ ਐਂਟਰ ਹੁੰਦੇ ਆ ਔਰ ਉਹਨਾਂ ਦੇ ਹੱਥ ਵਿੱਚ ਕੁਝ ਸੱਬਲ ਟਾਈਪ ਇੱਦਾਂ ਦਾ ਕੁਛ ਹੈ ਜਿਹਦੇ ਨਾਲ ਉਹਨਾਂ ਨੇ ਉਹ ਜਿਹੜਾ ਮੇਨ ਦਰਵਾਜ਼ਾ ਜਿਹੜਾ ਲੋਕ ਸੀ ਉਹਨੂੰ ਤੋੜਿਆ ਤੋੜਨ ਤੋਂ ਬਾਅਦ ਫਿਰ ਉਹ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਬੰਦਾ ਸੀ ਉਹ ਆਇਆ ਉਹਨੇ ਸਭ ਤੋਂ ਪਹਿਲਾਂ ਜਿਹੜਾ ਗੁਰੂ ਮਹਾਰਾਜ ਜੀ ਦੇ ਸਰੂਪ ਦੇ ਉੱਪਰ ਛਤਰ ਲੱਗਿਆ ਹੋਇਆ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਉਹ ਛਤਰ ਨੂੰ ਉਤਾਰਿਆ ਉਸ ਤੋਂ ਬਾਅਦ ਉਹਨਾਂ ਨੇ ਗੋਲਕ ਦੇ ਵਿੱਚੋਂ ਵੀ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਔਰ ਗੋਲਕ ਸਟੀਲ ਦਾ ਕਾਫੀ ਮਜ਼ਬੂਤ ਬਣਾਇਆ ਹੋਇਆ ਆ ਅਤੇ ਤਕਰੀਬਨ ਕੋਈ 20 ਜਾਂ 25 ਮਿੰਟ ਲਗਾਤਾਰ ਉਹ ਦੋਨੋਂ ਜਣੇ ਗੋਲਕ ਨੂੰ ਤੋੜਨ 'ਤੇ ਲੱਗੇ ਰਹੇ ਲੇਕਿਨ ਗੋਲਕ ਨੂੰ ਉਹ ਤੋੜ ਨਹੀਂ ਪਾਏ ਇਸ ਕਰਕੇ ਹਾਰ ਕੇ ਉਹ ਵਾਪਸ ਚਲੇ ਗਏ ਲੇਕਿਨ ਇਹ ਹੈ ਵੀ ਜਿਹੜਾ ਛਤਰ ਦਾ ਨੁਕਸਾਨ ਹੈ ਇਹ ਜ਼ਰੂਰ ਹੋਇਆ ਹੈ ਇਸ ਦੀ ਸਾਰੀ ਜਿਹੜੀ ਸੂਚਨਾ ਉਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਜਿਹੜੀ ਫੁਟੇਜ ਆ ਉਹ ਵੀ ਪੁਲਿਸ ਨੂੰ ਜਾਰੀ ਕਰ ਦਿੱਤੀ ਗਈ ਹੈ ਅਤੇ ਆਸ਼ਵਾਸਨ ਪੁਲਿਸ ਨੇ ਇਹ ਦਿੱਤਾ ਵੀ ਅਸੀਂ ਬਹੁਤ ਜਲਦੀ ਹੀ ਇਹਦੇ ਜਿਹੜੀ ਕਾਰਵਾਈ ਕਰਾਂਗੇ ਅਤੇ ਬੰਦੇ ਜਿਹੜੇ ਫੜੇ ਜਾਣਗੇ ਥੋੜ੍ਹਾ ਵੀਡੀਓ ਵਿੱਚ ਇਹ ਵੀ ਹੈ ਵੀ ਉਹ ਕਿਸੇ ਨੂੰ ਫੋਨ ਕਰ ਰਹੇ ਆ ਅਤੇ ਉਹਦੀ ਵੀ ਸਾਰੀ ਲੋਕੇਸ਼ਨ ਜਿੱਦਾਂ ਪੁਲਿਸ ਵਾਲਿਆਂ ਨੇ ਦੱਸਿਆ ਵੀ ਅਸੀਂ ਲੋਕੇਸ਼ਨ ਤੋਂ ਟਰੇਸ ਕਰਕੇ ਵੀ ਕਿਹਨੂੰ ਉਸ ਵੇਲੇ ਫੋਨ ਗਏ ਉਹ ਸਾਰਾ ਆਪਣਾ ਕਰ ਰਿਹਾ ਦੇਖੋ ਪੇਤੀ ਹੋ ਸਕਦੇ ਕਿਉਂਕਿ ਜਿਸ ਤਰੀਕੇ ਨਾਲ ਅੰਦਰ ਆਏ ਆ ਉਹਨਾਂ ਨੇ ਆਪਣਾ ਕੰਮ ਕੀਤਾ ਅਤੇ ਇਹ ਤਾਂ ਕਿਸੇ ਭੇਤੀ ਦਾ ਕੰਮ ਹੈ ਜੇ ਭੇਤੀ ਨਹੀਂ ਵੀ ਹੋਇਆ ਲੇਕਿਨ ਕੋਈ ਬਾਹਰਲਾ ਵੀ ਹੈਗਾ ਲੇਕਿਨ ਉਹਨੇ ਆ ਕੇ ਪਹਿਲਾਂ ਉਹਨੂੰ ਪੂਰੀ ਤਰ੍ਹਾਂ ਵਾਚ ਕੀਤਾ ਹੋਇਆ ਆ ਇਹਨੂੰ ਸਟੱਡੀ ਕੀਤਾ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼